ਲੈ ਲਾ ਕੱਢ ਲਾ ਉਹਦੇ ਵਿੱਚ ਬਾਲ ਆ ਉਹ ਨਾ ਲੈ ਜੀ ਬਾਲ ਉਹਦੇ ਵਿੱਚ ਮੈਂ ਉਵੇਂ ਬਾਲ ਛੱਡਤਾ ਉਹ ਮੋੜ ਹੀ ਦਊ ਉਹਨਾਂ ਨੂੰ ਉਹ ਤੋਂ ਬਿਨਾਂ ਹੋਰ ਜਿਹੜੀ ਮਰਜ਼ੀ ਕਰ ਲਾ ਉਹ ਨਹੀਂ ਹੈਗੀ ਇਹ ਉਹ ਤਾਂ ਟੂਡੀ ਚ ਬਾਲ ਛੱਡਿਆ ਵਾ ਮੇਰਾ ਕਿਹੜੇ ਕਿੱਥੋਂ ਦਾ ਹਾਂ ਹਾਂ ਵਧੀਆ ਆ ਹਾਂ ਠੀਕ ਆ ਖੇਡਣ ਨੂੰ ਹਟ ਜਾਂਦੇ ਨੇ ਗੇਮ ਵਧੀਆ ਇਹਨਾਂ ਦੀ ਮੁੰਡੇ ਸੈਕਿੰਡ ਰਾਊਂਡ ਕੇ ਲਾਸਟ ਮੈਚ ਹੈ ਬਾਈ ਸੈਕਿੰਡ ਰਾਊਂਡ ਕੇ ਆਈਡੀ ਨਹੀਂ ਆਈ ਅਫਸਰ ਵੀਰੇ ਇੰਦਰੀ ਨਹੀਂ ਆਈ ਵੀਰੇ ਇੰਦਰੀ ਟੀਮ ਨਹੀਂ ਆਈ ਜਦੋਂ ਕੋਈ ਇੱਧਰ ਸਟੇਜ ਤੇ ਆ ਕੇ ਗੱਲ ਕਰ ਲਓ ਸਾਡੇ ਭਰਾਵਾਂ ਨਾਲ ਫਿਰ ਕਮੇਟੀ ਵਾਲੇ ਵੀਰ ਕੀਤੇ ਕਰਦੇ ਆ ਚਲੋ ਜੀ ਮੈਚ ਲਾਈਏ ਆਪਾਂ ਜਲਦੀ ਦੇ ਨਾਲ ਬਾਕੀ ਬਾਹਰ ਹੋ ਜਾਓ ਕਿਵੇਂ ਵੀਰੇ ਸਮਝ ਨਹੀਂ ਆਈ ਸਮੈਸ਼ ਹੈਗਾ ਕੀ ਗੱਲ ਵੀਰੇ ਸਮੈਸ਼ ਸਲੀਮ ਸਾਹਿਬ ਪੁੱਛਦੇ ਹੋ ਸਲੀਮ ਸਾਹਿਬ ਨਹੀਂ ਆਈ ਵੀਰੇ ਉਹ ਜਾਦੂ ਨੂੰ ਵੀ ਕਹਿ ਤੂੰ ਮੈਚ ਲਾ ਲਾ ਗਾ ਆਰਾਮ ਨਾਲ ਵੀਰੇ ਨੇੜੇ ਹੀ ਆ ਮੈਚ ਥੋੜਾ ਮੈਚ ਹੀ ਆ ਲਾ ਫਿਰ ਤੂੰ ਮੈਚ ਆਉਣਾ ਉਹਦਾ ਖੜਿਆ ਤੇਰੇ ਕਰਕੇ ਨਹੀਂ ਨਹੀਂ ਵੀਰੇ ਸਮੈਸ਼ਿੰਗ ਨਹੀਂ ਹੈਗੀ ਸ਼ੂਟਿੰਗ ਆ ਵੀਰੇ ਹਾਂ ਹਾਂ ਪੁਆਇੰਟ ਪੁੱਛਦੇ ਹਾਂ ਵੀਰੇ ਜੱਗੀ ਸਕੋਰ ਕੀ ਆ 6-8 ਵੀਰੇ 6 ਰੈਸਰ 8 ਬਲੋਟ ਹਰਿਆਣਾ 6-8 ਵੀਰੇ 6 ਰੈਸਰ 8 ਬਲੋਟ ਸਿੰਗਲ ਹੈਂਡ ਤਾਂ ਮਾਰ ਸਕਦੇ ਆ ਵੀਰੇ ਨੰਬਰ 80 ਯਾਰ ਕਿੰਨੇ ਕਿੰਨੇ ਆ ਵੀਰੇ ਸਿੰਗਲ ਹੈਂਡ ਤਾਂ ਮਾਰ ਸਕਦੇ ਆ 6 ਨੰਬਰ ਜਿਹੜੇ ਉਹ ਰੈਸਰ ਦੀ ਟੀਮ ਦੇ ਆ 7 ਨੰਬਰ ਕਹਿੰਦੇ ਬਲੋਟ ਹੋ ਰਿਹਾ 6-7 ਆ ਵੀਰੇ ਸੌਰੀ 6-7 6 ਰੈਸਰ 7 ਬਲੋਟ ਹਾਂਜੀ ਹਾਂਜੀ ਮਾਰ ਸਕਦੇ ਆ ਬਾਈ ਕਹਾਣੀ ਕਹਿੰਦੇ ਟਿਕਾਣੇ ਆ
ਖੇੜੀ ਜਿੱਤ ਗਈ ਵੀਰੇ, ਦੋ ਰਾਊਂਡ ਜਿੱਤ ਗਈ, ਅਗਲੇ ਰਾਊਂਡ ਦੀਆਂ ਟਾਈਆਂ ਪੈਣਗੀਆਂ, ਫਿਰ ਦੱਸਾਂਗੇ ਖੇੜੀ ਦਾ ਮੈਚ ਬਾਈ। ਅਸਲੀ ਸਵਾਦ ਤਾਂ ਫੇਰ ਆਉਣਾ ਜਦੋਂ ਖੇੜੀ ਮਾਨ ਸਿੰਘ ਵਾਲਾ ਤੇ ਫਨਾਲ ਖੱਬੇ ਹੋਣੀ ਆਹਮਣੋ ਸਾਹਮਣੇ ਆਉਣਗੇ। ਜਿੱਤ ਗਏ ਹੀ ਜਿੱਤ ਗਈ ਲੱਕੀ ਨਾਲ ਕਹਿੰਦੇ ਬਣੀਆ ਫਾਈਨਲ ਅੱਜ ਹੀ ਆ ਬਾਈ, ਅੱਜ ਦੀ ਗੱਲ ਆ ਤੇ ਨਾਲ ਕਹਿੰਦੇ ਗੌਰਵ ਵੀ ਆ ਤੇ ਕਹਿੰਦੇ ਨੈਟ ਦੇ ਮੁੰਡੇ ਦੀ 15 ਸਾਲ ਦੀ ਉਮਰ ਆ ਟੀਮਾਂ 11 ਰਹਿ ਗਈਆਂ ਲੱਗੀ ਥਰਡ ਰਾਊਂਡ 11 ਬੜੀ ਸਜ ਰਹੀ ਹੈ, ਬੜੀ ਫਗ ਰਹੀ ਹੈ, ਦੇਖਣ ਨੂੰ ਬੜੀ ਸੋਹਣੀ ਲੱਗ ਰਹੀ ਹੈ।
ਤੇ ਦੂਜੇ ਪਾਸੇ ਪੰਜਾਬ ਦੀ ਟੀਮ ਹੈ ਜ਼ਿਲ੍ਹੇ ਬਰਨਾਲੇ ਦੇ ਰੈਸਰ ਪਿੰਡ ਦੀ ਬਹਾਦਰ ਗੜੀਏ ਰਵੀ ਨੇ ਜਿਹੜੀ ਅਗਲੀ ਸਰਵੇ ਕਰ ਦਿੱਤੀ ਹੈ। ਇਹ ਵੀ ਮੁੰਡਾ ਇੰਨੇ ਸਾਲ ਪੰਜਾਬ ਦੇ ਵੱਡੇ ਵੱਡੇ ਕੱਪਾਂ ਦਾ ਜਿਹੜਾ ਬੇਸਟ ਰਿਹਾ ਹੈ। ਇਹ ਵੀ ਮੁੰਡੇ ਦੀ ਬੜੀ ਆਇਆ ਖੱਬਾ ਖਨਾਲ ਆਇਆ ਵੀ ਬਹਾਦਰ ਗੜੀਏ ਰਵੀ ਦੀ ਅੱਜ ਵੱਡਾ ਹਿੱਸਾ ਬਣਿਆ ਹੋਇਆ ਰੈਸਰ ਦੀ ਟੀਮ ਦਾ। ਤੇ ਬਲੂਟ ਵਾਲੇ ਵੀ ਦੂਰੀ ਬੜੀ ਤੈਅ ਕਰਕੇ ਪੁੱਜੇ ਹੈ, ਪੁੱਜੇ ਕਿਸੇ ਗੱਲ ਦੇ ਨਾਲ ਹੀ ਹੈ। ਇਹ ਵੀ ਮੁੰਡੇ ਦੂਰੀ ਬੜੀ ਤੈਅ ਕਰਕੇ ਪੁੱਜੇ ਹੈ। ਅੱਜ ਦੇ ਦਿਨ ਦਾ ਆਪਾਂ ਕਹਿ ਦਈਏ ਸਭ ਤੋਂ ਤਕੜਾ ਮੈਚ ਖੇਡਿਆ ਜਾ ਰਹੇ ਹੈ। ਦੁਨੀਆਂ ਦੀ ਗੋਡੀ ਲਈ ਬੈਠੀ ਹੈ। ਇਹ ਇਲਾਕਾ ਬੜਾ ਪਿਆਰ ਕਰਦਾ ਖੇਡਾਂ ਨੂੰ, ਏਰੀਆ ਬੜਾ ਪਿਆਰ ਕਰਦਾ। ਲਓ ਸਾਹਮਣੇ ਵਾਲਾ ਰਵੀ, ਵਾਹ ਮੁੰਡਿਆ ਕਮਾਲ ਕਰ ਦਿੱਤੀ ਹੈ। ਇੱਕ ਯਾਦਗਾਰ ਨੰਬਰ ਦਾ ਵਾਧਾ ਕਰ ਦਿੱਤਾ ਹੈ, ਇੱਕ ਲੱਖੀ ਨੰਬਰ ਦਾ ਵਾਧਾ ਸਕੋਰ ਦੀ ਟੀਮ ਦੇ ਖਾਤੇ ਮੇਰੀ ਯਕੀਨ ਬਾਅਦ ਨੰਬਰ ਕੰਨੇ ਕੰਨੇ ਹੈ। ਲੈ ਜਾ ਬਾਜੀ ਫੋਨ ਮੈਚ ਤਗੜਾ ਜਿਹੜਾ ਖੇਡਿਆ ਜਾ ਰਿਹਾ
ਅਸੀਂ ਜੱਗੀ ਵੀਰੇ ਪਾੜ ਉਸੀ ਜਿਹੜਾ ਅੱਠ ਤੇ ਦਸ ਦਾ ਮੁਕਾਬਲਾ ਜਿਹੜਾ ਖੇਡਿਆ ਜਾ ਰਿਹਾ ਪਰ ਬਾਲ ਆਪਾਂ ਦੇਖਦੇ ਵੀ ਜਿਹੜੀ ਆਊਟ ਹੈ ਫਿਰ ਮੈਦਾਨ ਦੇ ਵਿੱਚ ਇੱਧਰ ਵੀ ਫਾਲ ਹੋ ਚੁੱਕੇ ਹੈ ਮੇਰੀ ਮੁੰਡੇ ਇੱਕ ਵਾਰੀ ਨੰਬਰ ਜ਼ਰੂਰ ਦੱਸਦੇ ਤਿੰਨ ਨੰਬਰ ਗਰਾਊਂਡ ਦੇ ਕਿੰਨੇ ਕਿੰਨੇ ਨੰਬਰ ਹੈ ਫੇਰੀ ਤੇ ਮਹਿਲਪੁਰ ਦੇ ਨੰਬਰ ਜ਼ਰੂਰ ਦੱਸਦੀ ਤਿੰਨ ਨੰਬਰ ਹੈ ਮਹਿਲ ਖੁਰਤੀ ਟੀਮ ਦੇ ਤੇ ਦੋ ਨੰਬਰ ਹੈ ਖੇੜੇ ਦੀ ਟੀਮ ਦੇ ਉਧਰੋਂ ਬੜਾ ਧੰਨਵਾਦ ਹੈ ਸਾਡਾ